ਕਿੰਨਾ ਭਿਆਨਕ ਹਾਦਸਾ ਹੋਇਆ ਏ। ਇੱਕ ਟਿੱਪਰ ਵਾਲੇ ਨੇ ਤਿੰਨ ਜਾਨਾਂ ਲੈ ਲਈਆਂ ਤੜਕਸਾਰ। ਸੈਰ ਤੇ ਜਾ ਰਹੇ ਸੀ ਤਿੰਨ ਜਣੇ। ਤਾਂ ਦੱਸ ਦਈਏ ਕਿ ਗੁਰੂ ਘਰ ਇੱਕ ਨਿਹੰਗ ਸਿੰਘ, ਛੋਟਾ ਨਿਹੰਗ ਸਿੰਘ ਗੱਤਕਾ ਸਿੱਖਣ ਜਾ ਰਿਹਾ ਸੀ, ਜਿਸ ਦੀ ਉਮਰ ਮਹਿਜ਼ 14 ਤੋਂ 15 ਸਾਲ ਦੱਸੀ ਜਾ ਰਹੀ ਹੈ। ਗੱਤਕਾ ਸਿੱਖਣ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਆ ਰਹੇ ਟਿੱਪਰ ਨੇ ਉਸ ਨੂੰ ਧਰੜ ਦਿੱਤਾ ਤੇ ਸਿੰਘ ਦੇ ਨਾਲ ਨਾਲ ਇੱਕ ਪਤੀ ਪਤਨੀ ਸ਼ਹਿਰ ਦਵਾਈ ਲੈਣ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ। ਉਹਨਾਂ ਨੂੰ ਵੀ 20 ਕਿਲੋਮੀਟਰ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ ਇਹ ਟਿੱਪਰ ਚਾਲਕ, ਜਿਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਫੜ ਲਿਆ। ਪਰ ਬੇਹੱਦ ਵੱਡਾ ਇਹ ਹਾਦਸਾ ਹੋਇਆ ਏ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਰਾਏਕੋਟ ਦੇ ਪਿੰਡ ਨੂਰਪੁਰਾਂ ਦੀਆਂ, ਜਿੱਥੇ ਟਿੱਪਰ ਨੇ ਮੋਟਰਸਾਈਕਲ ਸਵਾਰ ਪਤੀ ਪਤਨੀ ਅਤੇ ਸੜਕ ਕਿਨਾਰੇ ਖੜੇ ਹੋਏ ਇੱਕ ਨਿਹੰਗ ਸਿੰਘ ਨੂੰ ਕੁਚਲ ਦਿੱਤਾ ਏ, ਜਿਸ ਕਰਕੇ ਤਿੰਨਾਂ ਦੀ ਮੌਤ ਹੋ ਗਈ ਹੈ। ਨਿਹੰਗ ਸਿੰਘ ਦੀ ਤਾਂ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਪਤੀ ਪਤਨੀ ਦੀ ਇਲਾਜ ਦੌਰਾਨ ਉਹ ਜ਼ਖਮਾਂ ਦੀ ਤਾਪ ਨਾ ਸਹਿ ਸਕੇ ਤਾਂ ਉਹਨਾਂ ਦੀ ਮੌਤ ਹੋ ਗਈ। ਤਾਂ 7:30 ਵਜੇ ਤੜਕਸਾਰ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਰੇਤੇ ਦੇ ਨਾਲ ਭਰਿਆ ਹੋਇਆ ਟਿੱਪਰ ਮੋਟਰਸਾਈਕਲ ਸਵਾਰ ਬਜ਼ੁਰਗ ਜੋੜੇ ਨੂੰ ਅਤੇ ਸੜਕ ਕਿਨਾਰੇ ਪੈਦਲ ਚੱਲ ਰਹੇ ਇੱਕ 15 ਸਾਲਾਂ ਦੇ ਨਿਹੰਗ ਸਿੰਘ ਨੂੰ ਕੁਚਲ ਦਿੰਦਾ ਹੈ, ਜਿਸ ਕਰਕੇ ਤਿੰਨਾਂ ਦੀ ਮੌਤ ਹੋ ਗਈ ਹੈ। ਮੋਟਰਸਾਈਕਲ ਸਵਾਰਾਂ ਦਾ ਨਾਮ ਮੁਕੰਦ ਸਿੰਘ ਅਤੇ ਅਮਰਜੀਤ ਕੌਰ ਦੱਸਿਆ ਜਾ ਰਿਹਾ ਹੈ। ਇੱਕ ਦੀ ਉਮਰ 55 ਅਤੇ ਦੂਜੀ 52 ਸਾਲ ਦੱਸੀ ਜਾ ਰਹੀ ਹੈ। ਦੋਨੇ ਬੇਹੱਦ ਜ਼ਖਮੀ ਹੋ ਗਏ ਸੀ, ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਦੋਹਾਂ ਦੀ ਮੌਤ ਹੋ ਗਈ ਅਤੇ ਨਿਹੰਗ ਸਿੰਘ ਦਾ ਨਾਮ ਨਰਿੰਦਰਜੋਤ ਸਿੰਘ ਦੱਸਿਆ ਜਾ ਰਿਹਾ ਹੈ। ਅਤੇ ਤਿੰਨਾਂ ਦੀ ਮੌਤ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਸਨ ਹਸਪਤਾਲ ਇਕੱਠੇ ਹੋਏ, ਕਾਫੀ ਲੜਾਈ ਝਗੜਾ ਵੀ ਹੋਇਆ, ਧਰਨਾ ਦਿੱਤਾ ਗਿਆ, ਰੋਸ ਪ੍ਰਦਰਸ਼ਨ ਕੀਤਾ ਗਿਆ। ਤਾਂ ਬੇਹੱਦ ਇਹ ਮਾੜੀ ਘਟਨਾ ਵਾਪਰੀ ਹੈ। ਗੁਰੂ ਘਰ ਗੱਤਕਾ ਸਿੱਖਣ ਜਾ ਰਿਹਾ ਸੀ ਨਿਹੰਗ ਸਿੰਘ ਅਤੇ ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ। ਚਸ਼ਮਦੀਦਾ ਦਾ ਕੀ ਕਹਿਣਾ ਜਾਣ। ਘਟਨਾ ਇਹ ਵਾਪਰੀ ਆ ਜੀ, ਇਹ ਟਰੱਕ ਟਿੱਪਰ ਵਾਲਾ ਪਿੱਛੇ ਆ ਰਿਹਾ ਸੀ ਰੈਕੋਟ ਵੱਲੋਂ, ਇਹ ਆਪਣੇ ਜਿਹੜੇ ਬੰਦੇ ਝੋਲਦਾ ਨੇ ਇਹ ਵੀ ਰੈਕੋਟ ਵੱਲੋਂ ਆ ਰਿਹਾ ਸੀ। ਟਿੱਪਰ ਨੇ ਪਿੱਛੇ ਟੱਕਰ ਮਾਰੀ, ਮੋਟਰਸਾਈਕਲ ਡੋਲ ਗਿਆ, ਮੋਟਰਸਾਈਕਲ ਸਾਡੇ ਪਿੰਡ ਦੇ ਬੱਚੇ 'ਚ ਵੱਜਿਆ, ਉਹ ਵੀ ਬਹੁਤ ਸੀਰੀਅਸ ਆ, ਉਹ ਰੈਕੋਟ ਉਹਨੇ ਰੈਫਰ ਕਰਤਾ ਲੁਧਿਆਣੇ। ਤੇ ਇਹਨੇ ਬੰਦੇ ਨੇ ਜਾਣੀ ਦੀ ਦੁਬਾਰੇ ਜਿਹੜਾ ਮੋਟਰਸਾਈਕਲ ਦੇ ਉੱਤੇ ਆ ਚੜਿਆ ਟਿੱਪਰ, ਉਹ ਘਿਸੜਦਾ ਘਿਸੜਦਾ ਸਾਰਿਆਂ ਨੂੰ ਜਾਣੀ ਦੀ ਗੁਰਦੁਆਰਾ ਸਾਹਿਬ ਦੇ ਅੱਗੇ ਲਿਆ ਆ। ਫਿਰ ਅਸੀਂ ਜਾਣੀ ਦੀ ਐਂਬੂਲੈਂਸ ਨੂੰ ਬਹੁਤ ਟਾਈਮ ਲਾਈ ਗਏ ਫੋਨ, ਐਂਬੂਲੈਂਸ ਨਾ ਆਈ, ਫਿਰ ਰੈਕੋਟ ਸਾਹਿਬ ਉੱਥੇ ਚਲੇ ਗਏ, ਉੱਥੇ ਜਾ ਕੇ ਅਸੀਂ ਵੀਡੀਓ ਬਣਾਈ ਵੀ ਦੇਖੋ ਜੀ ਆਹ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ। ਉਹ ਕੋਈ ਕਹਿ ਦੇਵੇ ਜੀ ਸਾਨੂੰ ਫੋਨ ਨਹੀਂ ਆਇਆ, ਕੋਈ ਕਹਿ ਦੇਵੇ ਜੀ ਇਹਦਾ ਡਰਾਈਵਰ ਨਹੀਂ ਹੈਗਾ, ਕੋਈ ਕਹਿ ਦੇਵੇ ਜੀ ਮੇਰੀ ਡਿਊਟੀ ਨਹੀਂ, ਐਂਬੂਲੈਂਸ ਦਾ ਛੱਡ ਛੱਡ ਭੱਜੀ ਜਾਂਦੇ ਆ, ਉਹ ਸਾਡੇ ਕੋਲੇ ਪ੍ਰੂਫ ਹੈ, ਵੀਡੀਓ ਬਣੀ ਹੋਈ ਆ। ਸਾਨੂੰ ਐਂਬੂਲੈਂਸ ਨਹੀਂ ਦਿੱਤੀ, 1.25 ਘੰਟਾ ਬਈ 45 ਮਿੰਟ ਬਾਅਦ ਉਹ ਵੀ ਹਲਵਾਰੇ ਵਾਲਿਆਂ ਦੀ ਐਂਬੂਲੈਂਸ ਆਈ ਆ ਸਾਡੇ ਕੋਲੇ। ਜ਼ਖਮੀਆਂ ਦੇ ਵਿੱਚੋਂ 2 ਤਾਂ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਜੀ, ਤੇ ਜਿਹੜਾ ਬੱਚਾ ਸਾਡੇ ਪਿੰਡ ਦਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਜੀ। ਹਾਂਜੀ, ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਜੀ, ਗਰੀਬ ਪਰਿਵਾਰ ਆ, ਧੱਕਾ ਨਾ ਕੀਤਾ ਜਾਵੇ, ਗਰੀਬ ਪਰਿਵਾਰ ਨਾਲ ਧੁੱਪ 'ਚ ਬੈਠਾ ਧਰਨਾ ਲੱਗਿਆ ਹੋਇਆ, ਅਸੀਂ ਤਾਂ ਇਹ ਮੰਗ ਕਰਦੇ ਹਾਂ ਉਹਨਾਂ ਇਲਾਜ ਹੋ ਸਕੇ ਬਸ। ਹਾਂ, ਕੋਈ ਵੀ ਖਰਚਾ ਆਉਂਦਾ, ਬੱਚਾ ਪੜ੍ਹਦਾ ਸੀ ਜਾਂ ਮਤਲਬ ਹੁਣ ਇਹਨਾਂ ਦੇ ਘਰਦਿਆਂ ਦੇ ਪੈਸੇ ਚੱਲ ਚੁੱਕੇ, ਪਿਓ ਨੇ ਦਿਹਾੜੀ ਛੱਡੀ, ਮਾਂ ਨੇ ਦਿਹਾੜੀ ਛੱਡੀ, ਸਾਰਾ ਕੁਛ, ਆਪਾਂ ਤਾਂ ਕਹਿੰਦੇ ਇਹਨਾਂ ਨੂੰ ਖਰਚਾ ਮਿਲੇ, ਇਹਨਾਂ ਦਾ ਵਿਚਾਰਿਆਂ ਦਾ ਹੱਲ ਹੋਵੇ, ਜਵਾਕ ਬਚੇ, ਜ਼ਿੰਦਗੀ ਬਚੀ ਉਹਦੀ। ਪੁਲਿਸ ਪ੍ਰਸ਼ਾਸਨ ਇਸ ਗੱਲ ਨਾਲ ਸਾਡੇ ਨਾਲ ਐਗਰੀ ਇਹ ਕਰਕੇ ਗਏ ਆ ਜੀ, ਅਸੀਂ ਤੁਹਾਨੂੰ ਇਨਸਾਫ਼ ਦਵਾਵਾਂਗੇ, ਤੁਸੀਂ ਧਰਨਾ ਚੱਕ ਲਓ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਜੀ, ਬਸ ਸਾਨੂੰ ਇਨਸਾਫ਼ ਦਵਾ ਦਿਓ, ਧਰਨਾ ਅਸੀਂ ਚੱਕ ਲਾਂਗੇ। ਵੀ ਜਿਹੜਾ ਮਾਲਕ ਆ ਗੱਡੀ ਦਾ, ਸਵੇਰ 8:15 ਦੀ ਗੱਲ ਆ, 11:15 ਹੋ ਚੁੱਕੇ ਆ, 3 ਘੰਟਿਆਂ 'ਚ ਉਹ ਬਠਿੰਡੇ ਨਹੀਂ ਆ ਸਕੇ ਇੱਥੇ ਸਾਡੇ ਪਿੰਡ, ਉਹ ਨਾ ਉਹਨਾਂ ਦੀ ਸਾਡੇ ਨਾਲ ਕੋਈ ਗੱਲ ਹੋਈ ਹੈ, ਕਹਿ ਰਹੇ ਹਾਂ ਜੀ ਅੱਜ ਆਪਾਂ ਤਾਂ ਕਹਿੰਦੇ ਇਲਾਜ ਹੋ ਸਕੇ।
ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਜੀ ਬੱਚਾ ਹੈਗਾ ਸੀਰੀਅਸ, ਸੀਰੀਅਸ ਹੋਣ ਦੇ ਨਾਂ 'ਤੇ ਆਪਾਂ ਤਾਂ ਕਹਿੰਦੇ ਬੱਚੇ ਦਾ ਇਲਾਜ ਹੋ ਸਕੇ ਜੀ, ਇਹ ਗਰੀਬ ਪਰਿਵਾਰ ਆ ਨਹੀਂ ਇਲਾਜ ਕਰਾ ਸਕਦੇ ਜੀ, ਬੱਚਾ ਜ਼ਿਆਦਾ ਸੀਰੀਅਸ ਆ। ਬੇਟਾ, ਹਾਂਜੀ ਬੇਟਾ ਮੇਰਾ, ਕਿੰਨੀ ਕੁ ਉਮਰ ਹੋ ਗਈ? 30 ਲੱਗਿਆ। ਕੀ ਕਰਦਾ ਆ? ਪੜਦਾ ਵਾ। ਹੁਣ ਅੱਜ ਘਟਨਾ ਕਿਵੇਂ ਹੋਈ ਹੈ? ਕੀ ਗੱਲ? ਗੁਰਦੁਆਰੇ, ਮੈਂ ਗੁਰਦੁਆਰੇ ਆਉਂਦੇ ਸੀ ਬੱਚੇ। ਅੱਛਾ ਜੀ। ਹਾਂਜੀ, ਗੱਤਕਾ ਦੀ ਕਲਾਸ ਲੱਗਣੀ ਸੀ ਇਹਨਾਂ ਦੀ। ਗੱਤਕੇ ਦੀ ਕਲਾਸ ਇੱਧਰ ਬੱਚੇ ਆ ਰਹੇ? ਹਾਂਜੀ। ਤੇ ਇਹ ਟਰੱਕ ਵਾਲਾ ਕਿੱਥੋਂ ਪਿੱਛੋਂ ਆ ਰਿਹਾ ਸੀਗਾ? ਪਤਾ ਨੀ ਮੈਨੂੰ, ਮੈਂ ਘਰੇ ਨੀ ਸੀ, ਰੈਕੋਟ ਆਇਆ ਹੂੰ। ਰੈਕੋਟ ਸਾਈਡ ਆ ਰਹੇ ਹਾਂ। ਹੁਣ ਬੇਟਾ ਕਿਵੇਂ ਆ? ਕਿੱਥੇ ਹਸਪੀਟਲ ਮੇ ਤੋ? ਹਾਂ ਜਿੱਲੋ ਦੇ ਆਣੇ ਆ। ਹੁਣ ਤੁਸੀਂ ਕੀ ਮੰਗ ਕਰਦੇ? ਅਜੀ ਮੇਰਾ ਮੁੰਡਾ ਠੀਕ ਹੋ ਜੇ, ਇਨਸਾਫ ਮਿਲੇ, ਕਿ ਇਨਸਾਫ ਮਿਲੇ। ਅੱਗੇ ਸਾਨੂੰ ਕੁਝ ਨਹੀਂ ਮਿਲਿਆ ਇਹਨਾਂ ਤੋਂ, ਅੱਗੇ ਵੀ 3-4 ਸਾਲ ਧੱਕੇ ਖਾਧੇ ਅਸੀਂ ਵੀ, ਕਿਸੇ ਤੋਂ ਕੁਝ ਨਹੀਂ ਮਿਲਿਆ ਸਾਨੂੰ ਤਾਂ ਅੱਗੇ ਵੀ। ਲੱਪੀ ਪਹਿਲਾਂ ਕੀ ਘਟਣਾ ਵਾਪਰੀ? ਪਹਿਲਾਂ ਵੀ ਬਹੁਤ ਕੁਝ ਹੋਇਆ, ਧਾਨੇ ਲਾਏ ਸੀ, ਕੁਝ ਨਹੀਂ ਕੀਤਾ, ਦੱਸ ਨਹੀਂ ਸਕਦੇ ਅਸੀਂ। ਸਾਡੇ ਜੀ ਬਾਈ ਜੀ ਲੱਗਦੇ ਆ ਜੀ, ਬਾਈ ਦੀ ਭਰਜਾਈ ਸੀਗੀ ਤੇ ਭਰਾ ਲੱਗਦਾ ਜੀ। ਉਹਨਾਂ ਦਾ ਨਾਂ ਜੀ ਮਕੰਤ ਸਿੰਘ ਆ ਜੀ, ਤੇ ਭਰਜਾਈ ਦਾ ਨਾਂ ਅਮਰਜੀਤ ਕੌਰ ਸੀ। ਉਮਰ ਜੀ ਬਾਈ ਦੀ 54-55 ਸਾਲ ਦੀ, 54 ਸਾਲ ਦੀ ਉਮਰ ਹੋ ਗਈ। ਕਿਵੇਂ ਹੋਇਆ ਐਕਸੀਡੈਂਟ? ਕੋਈ ਪਤਾ ਲੱਗਿਆ? ਐਕਸੀਡੈਂਟ ਜੀ ਇੱਥੇ ਨੂਰਪੁਰੇ ਵਾਸੀਆਂ ਦੇ ਦੱਸਣ ਦੇ ਮੁਤਾਬਕ ਤਾਂ ਜੀ, ਟਰੱਕ ਵਾਲਾ ਮੂਹਰੇ ਪਾ ਕੇ ਘੜੀਸ ਕੇ ਲਿਆ ਜੀ, ਅੱਧਾ ਪੌਣਾ ਕਿੱਲਾ ਜੀ ਉਹਨਾਂ ਨੇ। ਉਹ ਪਿੰਡੋਂ ਕਿੱਥੇ ਜਾ ਰਹੇ? ਉਹ ਜੀ ਮੁੱਲਾਪੁਰ ਦਵਾਈ ਲੈਣ ਚੱਲੇ ਸੀ ਜੀ। ਕਿਵੇਂ ਉਹਨਾਂ ਦੀ ਹਾਲਤ? ਹਾਲਤ ਜੀ ਦੋਹੇ ਜਣੇ ਪੂਰੇ ਹੋ ਚੁੱਕੇ ਆ ਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ, ਟਰੱਕ ਵਾਲੇ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਸਖ਼ਤ ਤੋਂ ਸਖ਼ਤ, ਬਾਕੀ ਜੋ ਪਰਿਵਾਰ ਨੂੰ ਬਣਦਾ ਮਾਜਵਾ ਦਵਾਇਆ ਜਾਵੇ ਜੀ।